ओए बाबा भी आ गया, चल बाबे चलिए। ਕਰਦਣਾ ਹੀ ਦੇਖਦੀ ਆ ਬਸ ਹੈਗਾ ਯਾਰ ਮਛੇਟਾ ਪੂਰਾ ਵਧੀਆ ਪਰ ਹੂੰ ਵਿਚਾਰੇ ਹੱਡ ਨਿਕਲੇ ਪਏ ਆ ਆ ਜਾ ਆ ਜਾ ਪਾਸਾ ਕਮਾ ਜਲਦੀ ਹੁੰਦਾ ਉੱਠ ਗਿਆ ਤੇ ਇੱਕ ਦੂਆ ਦੂਆ ਉਹ ਫਿਰਦਾ ਤੇ ਕਾ ਬੰਨਿਆ ਹੋਇਆ ਤੀਆ ਤੇ ਬਾਕੀ ਮੁਰਗੇ ਦਿਖਾਉਣੇ ਤੁਹਾਨੂੰ ਪਹਿਲਾਂ ਨਾਲੇ ਮੁਰਗਿਆਂ ਦੱਸ ਦਿਆਂ ਸਾਰਾ ਕੁਝ ਦੇਸੀ ਮੁਰਗੇ ਮੁਰਗੇ ਦੇਖੋ ਮੁਰਗੇ ਇੱਥੇ ਪਾਇਆ ਹੋਇਆ ਸੌਕ ਮੁਰਗਾ ਇਹ ਦੇਸੀ ਮੁਰਗੇ ਸੌਕ ਵਿੱਚ ਕੜਕਨਾਥ ਵੀ ਆ ਵਿੱਚ ਹੋਰ ਵੀ ਆ ਬਾਕੀ ਪੁੱਛਦੇ ਹਾਂ ਜਿੰਦੇ ਨੂੰ ਕਿਹੜੇ ਕਿਹੜੇ ਆ ਕੁੱਤਿਆਂ ਤੋਂ ਬਾਅਦ ਹੁਣ ਇਹਨੇ ਮੁਰਗੇ ਰੱਖੇ ਆ ਦੇਸੀ ਪਹਿਲਾਂ ਕੁੱਤੇ ਬਹੁਤ ਰੱਖੇ ਤੇ ਜਰਮਨ ਸ਼ੈਫਰਡ ਚਲੋ ਇਹ ਤਾਂ ਜਿਹੜੀ ਦਿਖਾਈ ਹੈ ਤਾਂ ਬੁੜੀ ਦੀ ਕੁੱਤੀ ਤਾਂ ਕਰਕੇ ਕਮਜ਼ੋਰ ਆ ਬਿਮਾਰ ਰਹਿੰਦੀ ਆ ਬਾਕੀ ਕੁਛ ਮਨਾਈ ਹੋਈ ਆ ਗਰਮੀ ਕਰਕੇ ਤੇ ਆ ਵਿੱਚ ਇੱਕ ਵੱਡਾ ਮੁਰਗਾ ਤੇ ਬਾਕੀ ਛੋਟੇ ਆ ਬੱਚੇ ਤੇ ਇਧਰਲੀ ਸਾਈਡ ਹੈਗੇ ਆਪਣੇ ਦੋ ਬੜੇ ਮੁਰਗੇ ਰੱਖੇ ਹੋਏ ਆ ਦੇਸੀ ਉਹ ਤੇ ਆ ਜਾਓ ਬਾਕੀ ਉਹਨੂੰ ਪੁੱਛਦੇ ਸਾਰਾ ਕੁਝ ਜਾਂਦੇ ਨੂੰ ਆਇਆ ਵੀ ਜਾਂਦੇ ਆ ਜਾ ਆ ਜਾ ਲਓ ਵੀ ਇਹ ਕਹਿੰਦਾ ਮੇਰੇ ਪਰਨਾ ਨਹੀਂ ਵਧੀਆ ਜਾ ਪਰਨੇ ਨੂੰ ਕੀ ਆ ਆਪਾਂ ਤਾਂ ਵੀਡੀਓ ਬਣਾਉਣੀ ਆ ਮੁਰਗਿਆਂ ਬਾਰੇ ਪੁੱਛਣਾ ਆਪਾਂ ਦਾ ਹਾਂਜੀ ਵੀਰੇ ਤੇ ਦੱਸੋ ਹੁਣ ਕਿਹੜੇ ਕਿਹੜੇ ਆ ਇਹ ਵੀਰੇ ਇਹ ਤੇ ਕੜਕਨਾਥ ਨੇ ਕਿਹੜੇ ਆ ਕੜਕਨਾਥ ਜਿਹੜੇ ਆ ਨੇ ਥੋੜੇ ਆ ਪੂਰਾ ਬਲੈਕ ਆ ਸਾਰੇ ਜਿਹਦੀ ਸੇਰੀ ਵੀ ਚੁੰਝ ਵੀ ਬਲੈਕ ਆ ਇਹ ਕੜਕਨਾਥ ਆ ਠੀਕ ਆ ਜੀ ਜਿਹੜਾ ਵਾਈਟ ਨੇ ਇਹ ਅਮੈਰੀਕਨ ਨੇ ਜਿਹੜੇ ਆ ਨੇ ਆਪਣੇ ਵਾਲੇ ਜਿਵੇਂ ਕਹਿ ਰਹੀ ਨਾ ਲਾਲ ਨੇ ਦੇਸੀ ਚੱਲਦੇ ਰਹਿੰਦੇ ਤੁਹਾਨੂੰ ਪਤਾ ਤਿੰਨ ਸੀਗੇ ਪੂਰੇ ਜੇ ਹਾਂਜੀ ਹਾਂ ਇਹ ਆਪਣੇ ਆਮ ਹੀ ਚੱਲਦੇ ਤੇ ਜਿਹੜੇ ਆ ਚਿੱਟੇ ਆ ਇਹ ਵੀਰੇ ਅਮੈਰੀਕਨ ਕਹੇ ਸੀ ਉਹਨਾਂ ਵੀ ਅਮੈਰੀਕਨ ਦੇ ਉਹ ਆ ਵੀ ਉੱਧਰ ਹੀ ਆਏ ਚੀਜ਼ ਆਈਟਮ ਵੀ ਆਏ ਕਿੰਨਾ ਇਹਨਾਂ ਦੋਵੇਂ ਮੁਰਗਿਆਂ ਨੂੰ ਇਹ ਵੀ ਸਾਲਾ ਫਾਇਦਾ ਛੇਤੀ ਵੱਧਦੇ ਨੇ ਜਿਵੇਂ ਗਰੋਥ ਬਹੁਤ ਵਧੀਆ ਇਹਨਾਂ ਦੀ ਜਿਵੇਂ ਆਪਾਂ ਕਹਿ ਦੀ ਆਪਣੇ ਨਾਲ ਹੁਣ ਦੇਖਣ ਨੂੰ ਲੱਗਦੇ ਹੋਣਗੇ ਵੀ ਸਾਲੇ ਸਾਰੇ ਇੱਕ ਉਮਰ ਦੇ ਬੱਚੇ ਨੇ ਹੁਣ ਗਰੋਥ ਨੂੰ ਤਾਂ ਲੱਗਦਾ ਬੱਚੇ ਛੋਟੇ ਬੜੇ ਲੱਗਦੇ ਆ ਨਾ ਦੇਖਣ ਨੂੰ ਜਿਵੇਂ ਪਰ ਹੈ ਇੱਕ ਦਿਨ ਦੇ ਆ ਸਾਰੀ ਇਹ ਦੇਖ ਲਓ ਅੱਛਾ ਇਹ ਨਾ ਗਰੋਥ ਵਾਲਿਆਂ ਦੀ ਵਧੀਆ ਜਿਵੇਂ ਬੰਦੇ ਘਰ ਰੱਖਣੇ ਬੈਸਟ ਆ ਬਰੀਡ ਇਹ ਠੀਕ ਆ ਠੀਕ ਆ ਤੇ ਵਿੱਚ ਇੱਕ ਆ ਵੱਡਾ ਛੱਡਿਆ ਹੋਇਆ ਹਾਂ ਇਹ ਵੱਡੇ ਨੇ ਹੀ ਛੱਡੇ ਹੋਏ ਦੋ ਦਿਨ ਫਿਰ ਮੁਰਗੀਆਂ ਉਹਦੇ ਘਰ ਰੱਖੇ ਸੀ ਬੜੇ ਇਹ ਅੰਦਰ ਜਾ ਕੇ ਦਿਖਾਉਂਦੇ ਆ ਹੁਣ ਲੈ ਖੋਲ ਹੋਈ ਮੜਾ ਖੁੰਡਾ ਖੁੰਡਾ ਇਹ ਛੋਟਾ ਖੁੱਡਾ ਬਸ ਇਹ ਮੁਰਗੇ ਆ ਪਹਿਲਾਂ ਕੁੱਤੇ ਰੱਖੇ ਹੋਏ ਉਰੇ ਕਾਫੀ ਤੇ ਹੁਣ ਮੁਰਗੇ ਅੱਛਾ ਇਕੜਾ ਪਾਣੀ ਦਾ ਸਿਸਟਮ ਕਰਿਆ ਪਾਣੀ ਵਾਲਾ ਜੀ ਛੇ ਬੜੇ ਸੀਗੇ ਜੀ ਇਹ ਮੁਰਗੀ ਦੋ ਹੀ ਰਹਿ ਗਏ ਬਾਕੀ ਦਿੱਤੇ ਸੀਗੇ ਆਪਾਂ ਇਹ ਬੱਚਿਆਂ ਨੂੰ ਸਾਲੇ ਮਾਰਦੇ ਸੀ ਪਤਾ ਨੀ ਕਿਹੜੀ ਪ੍ਰੋਬਲਮ ਕਰਕੇ ਬੱਚਿਆਂ ਨੂੰ ਪੈਂਦੇ ਸੀਗੇ ਠੀਕ ਆ ਠੀਕ ਆ ਇਹ ਕਿੰਨਾ ਟਾਈਮ ਦੇ ਹੋ ਗਏ ਪਹਿਲਾਂ ਇਹ ਹੋ ਗਏ ਜੀ ਦੋ ਤੋਂ ਦੋ ਮਹੀਨੇ ਤੋਂ ਪੰਜ ਕੁ ਦਿਨ ਉੱਪਰ ਨੇ ਜੀ ਠੀਕ ਆ ਠੀਕ ਆ ਦੋ ਮਹੀਨੇ ਤੋਂ ਪੰਜ ਕੁ ਦਿਨ ਉੱਪਰ ਹੋ ਗਏ ਨੇ ਤੇ ਜਮੇ ਛੋਟੇ ਬੱਚੇ ਲਿਆਂਦੇ ਤੇ ਜਮੇ ਜੀ ਮੈਂ ਕਹਿੰਦਾ ਇੱਕ ਦਿਨ ਦੇ ਸੀਗੇ ਬੱਚੇ ਜਿਵੇਂ ਕਹਿ ਰਹੀ ਵੀ ਆਪਣਾ ਪੂਰੀ ਸਾਰਾ ਕੁਝ ਕਰਿਆ ਇਹਨਾਂ ਦਾ ਟ੍ਰੀਟਮੈਂਟ ਜੀ ਠੀਕ ਆ ਠੀਕ ਆ ਪਹਿਲੇ ਦਿਨ ਲਿਆ ਕੇ ਇਹਨਾਂ ਨੂੰ ਕੀ ਖਿਲਾਇਆ ਪਿਲਾਇਆ ਪਹਿਲੇ ਦਿਨ ਤੇ ਜੀ ਇਹਨਾਂ ਨੂੰ ਫੀਡ ਪਾਈ ਸੀ ਲਿਆ ਕੇ ਜਿਹੜੀ ਆਪਣੇ ਦੇਸੀ ਉਹ ਦੂਏ ਬਲੈਲਰਾਂ ਨੂੰ ਵਰਤੀ ਜਾਂਦੀ ਆ ਅੱਛਾ ਪਹਿਲਾਂ ਉਹ ਫੀਡ ਇਹਨਾਂ ਨੂੰ ਲਿਆ ਲਈ ਥੋੜ੍ਹੇ ਲਿਆਉਂਦੇ ਵੀ ਹਾਂ ਚਲੋ ਖਾਣ ਪੀਣ ਦੇ ਰੱਖੇ ਫਿਰ ਉਹ ਤੋਂ ਬਾਅਦ ਇਹਨਾਂ ਨੂੰ ਦਲੀਆ ਚੱਲਦਾ ਰਿਹਾ ਜੀ ਸਾਰਾ ਕੁਝ ਰੋਗੀ ਚੱਲਦਾ ਰਿਹਾ ਇਹਨਾਂ ਦਾ ਅਤੇ ਬਾਕੀ ਬਿਮਾਰੀ ਬਿਮੂਰੀ ਦਾ ਚੱਕਰ ਬਿਮਾਰੀ ਵਿੱਚ ਨੂੰ ਹੈਗੀ ਸੀ ਕਹਿ ਸਕਦੇ ਹਾਂ ਵੀ ਆਪਾਂ ਇਹਨਾਂ ਨੂੰ ਪੈਂਦੇ ਵੀ ਜਿਵੇਂ ਅੱਖਾਂ 'ਤੇ ਹੋ ਜਾਣੇ ਸਾਲੇ ਮਾਸ ਜਿਹਾ ਜਾਣਾ ਵਿੱਚ ਨੂੰ ਮੁਰਗੇ ਕਾਫੀ ਮਰੇ ਵੀ ਆ ਪੰਜ ਸੱਤ ਜਾਂ ਤਾਂ ਕਹਿ ਦੇ ਵੀ ਬੜੇ ਮੁਰਗਿਆਂ ਨੇ ਵੀ ਹੋ ਸਕਦਾ ਵੀ ਚੁੰਝਾਂ ਮਾਰੀਆਂ ਹੋਣ ਜਾਂ ਫਿਰ ਛੋਟਿਆਂ ਦੀ ਉਹ ਵੀ ਬਿਮਾਰੀ ਕਹਿ ਸਕਦੇ ਹਾਂ ਤੇ ਹੁਣ ਇਹਨਾਂ ਨੇ ਮਤਲਬ ਵੱਡੇ ਕਿੰਨੇ ਟਾਈਮ 'ਚ ਹੋ ਜਾਣਗੇ ਇਹ ਪੂਰੇ ਆਂਡੇ ਦੇਣ ਤੱਕ ਜਿੱਥੋਂ ਜੀ ਆਪਾਂ ਇਹ ਲੈ ਕੇ ਆਉਂਦੇ ਆਪਾਂ ਨਾ ਚੰਡੀਗੜ੍ਹ ਸਰਕਾਰੀ ਆਪਣਾ ਜਿੱਥੇ ਮਿਲਦੇ ਨੇ ਪੋਲਟਰੀ ਫਾਰਮ ਆ ਜਿਸ ਤੋਂ ਮਨਜ਼ੂਰ ਜੋਧਾ ਸਰਕਾਰ ਵੱਲੋਂ ਉਹ ਕਹਿੰਦੇ ਸੀ ਵੀ ਇਹ ਜੀ
3 ਮਹੀਨਿਆਂ ਤੋਂ ਵੀ ਜੇ ਪੂਰੀ ਆਪਾਂ ਕਹਿ ਦੇ ਦੇਸੀ ਖੁਰਾਕ ਹੋ ਗਏ, ਜਿਵੇਂ ਪਾਲਣ ਦਾ ਆਪਾਂ 2 ਮਹੀਨੇ 'ਚ ਪਾਲ ਸਕਦੇ ਸੀ, ਜਿਵੇਂ ਆਪਣੇ ਨੈਚੁਰਲ ਇਹ 3 ਮਹੀਨੇ ਤੋਂ 4 ਮਹੀਨੇ ਦੇ ਵਿੱਚ ਵਿੱਚ ਵੀ ਪੂਰੀ ਗਰੋਥ ਕਰਦੇ ਨੇ, ਕਹਿ ਸਕਦੇ ਵੀ ਆਂਡੇ ਦੇਣ ਦੀ ਆਂਡੇ ਦੇਣ ਤੱਕ ਹੋ ਜਾਣਗੇ। ਹਾਂ ਹੋ ਉਸ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਪਾਈ ਆ ਕਿ ਕਿਲੋ ਕਿਲੋ ਦਾ ਹੋ ਹੀ ਗਿਆ ਇਹ। ਹਾਂ ਜਿਹਦੇ ਕਰਕੇ ਫਿਰ ਉਹਨਾਂ ਨੂੰ ਵੀ ਹੋਈ, ਆਪਾਂ ਸਾਰੇ ਇਹਨਾਂ ਨੂੰ ਵੀ ਰੱਖੀ ਦੇ ਬਾਹਰ ਆਪਣੇ ਆਲੇ ਦੁਆਲੇ ਖੇਤੇ ਨੇ, ਆਪਾਂ ਨੂੰ ਉਹੀ ਚੀਜ਼ ਛੱਡੀ ਖੁੱਲ੍ਹੀ ਛੱਡ ਕੇ ਰੱਖਦੇ। ਠੀਕ ਹਾਂ ਇਹ ਦੇਖ ਹੁਣ ਫਾਈਟ ਹੋ ਰਹੀ ਹੈ ਨਾ, ਲੜਾਈ ਉਹ ਤੁਹਾਡੀ ਪੂਰਾ ਉਹ ਚਾਰ ਰਹੇ ਨੇ ਜੋਸ਼ ਚ ਜੋ ਚਾਰ ਰਹੇ ਨੇ, ਚਾਰਾਂ ਚਾਰਾਂ ਟੱਪਦੇ ਆ ਪੂਰੀਆਂ। ਮਾਰਨ ਦਾ ਕਾਰਨ ਬੜੇ ਮੁਰਗੇ ਸੀ ਜੋ ਉਹਨਾਂ ਦੇ ਠੁੰਗਾ ਮਾਰਦੇ ਸੀ। ਠੀਕ ਆ ਚੱਲਦੇ ਹੁਣ ਬਾਹਰ ਨੂੰ ਖੇਲਣ ਦੋ ਇਹਨਾਂ ਨੂੰ ਵੀ ਐਂਡੇ ਤੁਹਾਨੂੰ ਦਿਖਾਉਂਦੇ ਹੁਣ ਮੁੰਡਾ ਜਿੰਦਾ ਵੀ ਲਾਉਂਦਾ ਅੰਦਰ ਬੱਚਿਆਂ ਨੂੰ, ਕਹਿੰਦਾ ਮਹਿੰਗੇ ਚੀਜ਼ ਕਹਿੰਦਾ ਬਹੁਤ ਔਖੇ ਪਾਲੇ ਆ। ਬਾਜਰਾ ਵਗੈਰਾ ਹੋਰ ਚੁਗਦੇ ਫਿਰੀ ਜਾਂਦੇ ਆ ਇਹ 2-3 ਘੰਟੇ, ਤੇ ਆਹ ਮੋਟਰ ਆ ਜਿੰਦੇ ਉਹਨਾਂ ਦੀ, ਵੈਸੇ ਹੈਗਾ ਤਾਂ ਜਿੰਦਾ ਆਪਣਾ ਚਾਚਾ ਹੈ ਲੱਗਦਾ ਤਾਂ, ਪਰ ਹੈਗਾ ਹਾਣ ਪ੍ਰਮਾਣ ਤਾਂ ਕਰਕੇ ਨਾਮ ਇਹ ਲੈਂਦਾ ਉਹਦਾ ਆਪਣੇ ਘਰਦਿਆਂ ਚ ਨਹੀਂ। ਠੀਕ ਆ ਜੀ, ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ, ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਵੱਧ ਤੋਂ ਵੱਧ ਸ਼ੇਅਰ ਕਰਿਓ।